मेरे को डर के रहो, जिहड़ी प्रधानमंत्री जी तुहाडे ने मोदी जी ने लक्ष्मण रेखा खिंची हुई है घर के बाहर, और तो अंदर ही रहो ता ही मेरे को सेफ रहोगे। माता जी बिना मतलब तो घरों बाहर नहीं निकलना आपां, हां जी दवाई लैके निक्की निक्की डॉक्टर नूं भी फोन करो, डॉक्टर तुहानूं दवाई जां मेडिकल स्टोर वाले घरे दे के जाणगे। डॉक्टर ते जे मैं चंबड़ गई ते कोई दवाई काम नहीं होनी, इसलिए अपने आप नूं सेफ रखो घर दे अंदर। पूरे देश दे विच लॉकडाउन चल रहा है ते पंजाब सूबे दी जे गल करिए ते इत्थे करफ्यू लगा होया है, लोकां नूं बार बार घरां विच रहण दी अपील कीती जा रही है, धारा 144 चल रही है। जिक्र खास है कि पर इस दे बावजूद भी कुछ लोग अजिहे ने जो कि करफ्यू दी पालना नहीं करदे ते सड़कां दे उत्ते घूमदे होए नज़र आंदे ने, अजिहे लोकां नूं जागरूक करन दे लई इक चुड़ैल आई है। जी हाँ, अमृतसर तो कुछ अजिहियां तस्वीरां सामने आईयां ने जिथे कि अजनाला दे विच इक व्यक्ति कोरोना चुड़ैल बन के लोकां नूं जागरूक कर रहा है, और लोकां नूं कह रहा है कि मैं चुड़ैल हाँ ते मेरे तो डरो, ਉਹ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਆਪਣੇ ਘਰਾਂ ਦੇ ਵਿੱਚ ਰਹੋ। ਅੱਜ ਇਹੀ ਦੁਨੀਆ ਨੂੰ ਸੰਦੇਸ਼ ਹੈ ਕਿ ਮੈਂ ਇਸ ਕਰਕੇ ਨਹੀਂ ਕੋਈ ਆਈ ਐਮ ਏ ਐਜੂਕੇਟਡ ਪਰਸਨ, ਮੈਂ ਬਸ ਇਸ ਕਰਕੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਜੋ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਹੈ ਕਿ ਜੋ ਘਰ ਦੇ ਬਾਹਰ ਲਕਸ਼ਮਣ ਰੇਖਾ ਸਾਡੇ ਘਰਾਂ ਦੇ ਬਾਹਰ ਹੈਗੀ ਆ ਉਹਨੂੰ ਅਸੀਂ ਨਾ ਟੱਪੀਏ, ਜੇ ਅਸੀਂ ਟੱਪ ਗਏ ਤਾਂ ਸਾਡੇ ਕਿਸੇ ਨਾ ਕਿਸੇ ਪਰਿਵਾਰ ਦੇ ਮੈਂਬਰ ਨੂੰ ਕੁਛ ਵੀ ਹੋ ਸਕਦਾ। ਕਰੋਨਾ ਵਾਇਰਸ ਲਾ ਇਲਾਜ ਬਿਮਾਰੀ ਹੈ ਜਿਹਦਾ ਹਜੇ ਤੱਕ ਕੋਈ ਵੀ ਉਹਦੀ ਦਵਾਈ ਇਜ਼ਾਤ ਨਹੀਂ ਹੋਈ। ਇਸ ਕਰਕੇ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਣੇ ਘਰਾਂ ਦੇ ਅੰਦਰ ਰਹੋ ਅਤੇ ਸੇਫ ਰਹੋ। ਤੁਸੀਂ ਮੇਰਾ ਅੱਜ ਦਿਲ ਕੀਤਾ ਕਿ ਦੁਨੀਆ ਨੂੰ ਜਾਗਰਤ ਕੀਤਾ ਜਾਵੇ, ਦੁਨੀਆ ਨੂੰ ਜਗਾਇਆ ਜਾਵੇ, ਇੱਕ ਮੈਸੇਜ ਦਿੱਤਾ ਜਾਵੇ ਕਿ ਆਪਣੇ ਘਰ ਦੇ ਅੰਦਰ ਹੀ ਰਹੋ ਅਤੇ ਸੇਫ ਰਹੋਗੇ, ਨਹੀਂ ਤਾਂ ਕੁਛ ਵੀ ਅਨਹੋਨੀ ਘੱਟ ਸਕਦੀ ਹੈ। ਜ਼ਿਕਰ ਖਾਸ ਹੈ ਕਿ ਪੁਲਿਸ ਅਧਿਕਾਰੀ ਦਾ ਇਸ ਮੌਕੇ ਤੇ ਕਹਿਣਾ ਸੀ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਚੁੜੇਲ ਬਣਾਈ ਗਈ ਹੈ ਤਾਂ ਜੋ ਲੋਕ ਜਾਗਰੂਕ ਹੋ ਸਕਣ ਅਤੇ ਆਪਣੇ ਘਰਾਂ ਦੇ ਵਿੱਚ ਰਹਿ ਸਕਣ, ਉਹਨਾਂ ਨੂੰ ਪਤਾ ਲੱਗ ਸਕੇ ਕਿ ਵਾਕਈ ਦੇ ਵਿੱਚ ਇਹ ਬਿਮਾਰੀ ਬਹੁਤ ਖਤਰਨਾਕ ਹੈ ਅਤੇ ਇਸ ਲਈ ਚੈਨ ਨੂੰ ਤੋੜਨ ਦੇ ਲਈ ਸਾਨੂੰ ਸਾਰਿਆਂ ਨੂੰ ਘਰਾਂ ਵਿੱਚ ਰਹਿਣਾ ਚਾਹੀਦਾ ਹੈ। ਆਪਣਾ ਪੰਜਾਬ ਪੁਲਿਸ ਵੱਲੋਂ ਸਾਡੇ ਅਜਨਾਲਾ ਪੁਲਿਸ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਇੱਕ ਆਦਮੀ ਨੂੰ ਕਰੋਨਾ ਚੁੜੇਲ ਬਣਾਇਆ ਗਿਆ। ਇਸ ਦੇ ਵਿੱਚ ਕੀ ਹੈ, ਇਕੱਲੇ ਜਿਹੜੇ ਲੋਕ ਬਿਨਾਂ ਮਤਲਬ ਤੋਂ ਘਰੋਂ ਨਿਕਲਦੇ ਨੇ, ਜਿਹੜੇ ਬਿਨਾਂ ਮਤਲਬ ਤੋਂ ਆਪਣੇ ਬਾਜ਼ਾਰ ਵਿੱਚ ਨਿਕਲਦੇ ਨੇ, ਉਹਨਾਂ ਨੂੰ ਅਵੇਅਰ ਕਰਦੇ ਨੇ ਕਿ ਕਰੋਨਾ ਵਾਇਰਸ ਦੇ ਕੀ ਇਫੈਕਟ ਹੋ ਸਕਦੇ ਨੇ, ਕਿ ਕਰੋਨਾ ਵਾਇਰਸ ਦੇ ਹਾਲਤ ਦੇ ਉੱਤੇ ਕਿਹੜੇ ਲੈਵਲ ਤੱਕ ਆਪਾਂ ਹੈਲਥ ਨੂੰ ਇਫੈਕਟ ਕਰ ਸਕਦੀ ਆ। ਇਹਦੇ ਨਾਲ ਕੀ ਹੈ, ਲੋਕਾਂ ਨੂੰ ਆਪਾਂ ਮਾਰ ਕੇ ਨਾ ਉਹਨਾਂ ਦੇ ਪਰਚਾ ਨਾ ਦਰਜ ਕਰਕੇ ਉਹਨਾਂ ਨੂੰ ਸ਼ਰਮਿੰਦਾ ਕਰਕੇ ਆਪਾਂ ਅਵੇਅਰ ਕਰ ਰਹੇ ਹਾਂ, ਘਰ ਦੇ ਵਿੱਚ ਰਹਿਣ ਲਈ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਹਾਂ। ਇਹੀ ਉਪਰਾਲਾ ਅਜਨਾਲਾ ਪੁਲਿਸ ਵੱਲੋਂ ਕੀਤਾ ਜਿਹੜੇ ਇਸ ਤੋਂ ਬਾਅਦ ਵੀ ਨਹੀਂ ਸਮਝਦੇ ਉਹਨਾਂ ਦੇ ਖਿਲਾਫ਼ ਫਿਰ 188 IPC ਦੇ ਤਹਿਤ ਪਰਚਾ ਦਰਜ ਕਰਕੇ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਜੀ। ਦੱਸਣਯੋਗ ਹੈ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਕਰਫਿਊ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਉਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਸਖ਼ਤੀ ਦੇ ਨਾਲ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉੱਥੇ TVNRI ਵੀ ਆਪਣੇ ਦਰਸ਼ਕਾਂ ਨੂੰ ਵਾਰ ਵਾਰ ਇਹੀ ਅਪੀਲ ਕਰਨਾ ਚਾਹੁੰਦਾ ਹੈ ਕਿ ਆਪਣੇ ਘਰਾਂ ਦੇ ਵਿੱਚ ਰਹਿਣ, ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ, ਪੂਰੇ ਦੇਸ਼ ਨੂੰ ਸੁਰੱਖਿਅਤ ਰੱਖਣ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TVNRI।